एकाटेक मेरे मन जीत जिस किछ करना सो हमरा किछ करना सो हमरा करें।
तब कुशल समाना जो रखे
राम मन्ना जो रखे त्यो रहिए जै बसाले तै बसा स्वामी जै बसाले तै बसा स्वामी जे भेजन ते तै जावे जे भेजे तै जावे सोई हम मन्ना सोई हम मन्ना जो तू करे करावे स्वामी जे सुख दे जे सुख दे ता तुझे आराधी दुख भी तुझे दे आई सोई हम मन्ना दुख भी तुझे दे आई जे भुख दे ता इत ही राजा सोई हम मन्ना जे भुख दे ता इत ही राजा दुख विच सुख मनाई सोई हम मन्ना साम सलत परवान सोई हम मन्ना जे राज दे जे राज दे तो कौन बड़ाई जे भीख मंगावे सोई हम मन्ना जे भीख मंगावे ता क्या घट जाई सोई हम मन्ना कीता कहां करे मनमान कीता कहां करे मनमान सज्जन तू है सैन तू मैं तुझ ऊपर बहुमानिया जा तू अंदर ता सखे तू निमाने मानिया जे तू तुठाए कृपा निधान ना तू जावे खाल एहा पाई मुदा तड़ी नित हृदय रखा समार पाव जुलाई बंध तो पाव जुलाई बंध तो नैनी दर्श दिखाय सर्वनी सुनी कहानिया जे गुरथी वे कृपाल कितनी लख करोड़ दुनिया अंदर ना कोई दातियां दी कमी ना कोई अमीरां दी कमी है ना
ਬਲ ਵਾਲੇ ਸ਼ਕਤੀਵਾਨ ਰਾਜਿਆਂ ਦੀ ਕਮੀ ਹੈ। ਪਰ ਜਦੋਂ ਮੈਂ ਤੇਰੇ ਵੱਲ ਦੇਖਣਾ ਤਾਂ ਮੈਨੂੰ ਵਿਸ਼ਵਾਸ ਹੈ ਤੇਰੇ ਇੱਕ ਰੋਮ ਦੇ ਬਰਾਬਰ ਵੀ ਉਹਨਾਂ ਦੀ ਗਿਣਤੀ ਨਹੀਂ। ਕਿੰਨੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰਿਆ, ਪਿਰੀਏ ਰੋਮ ਨਾ ਪੁੱਜਣ ਤੇਰਿਆ। ਸੱਜਣ ਤੂੰ ਹੈ ਸੈਣ ਤੂੰ, ਤੂੰ ਮੇਰਾ ਸਖਾ ਤੂੰ ਹੈ ਮੇਰਾ ਮੀਤ, ਤੂੰ ਮੇਰਾ ਪ੍ਰੀਤ ਤੁਮ ਸੰਗ ਹੀਤ, ਤੂੰ ਮੇਰੀ ਪੱਤ ਤੂੰ ਹੈ ਮੇਰਾ ਗਹਿਣਾ, ਤੁਝ ਬਿਨ ਨਿਮਖ ਨਾ ਜਾਈ ਰਹਿਣਾ, ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਣ, ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ। ਪਰ ਅਗਲੀ ਸ਼ਰਤ ਸਭ ਤੋਂ ਔਖੀ ਹੈ, ਉਹ ਹੈ ਜਿਵ ਤੁਮ ਰੱਖੋ ਤੇ ਵਹੀ ਰਹਿਣਾ। ਇੱਕ ਖਿਆਲ ਕਰਿਓ, ਇਹ ਸ਼ਰਤ ਹੀ ਮੇਰੀ ਤੇ ਗੁਰੂ ਦੀ, ਭਗਤ ਤੇ ਰੱਬ ਦੀ ਆਪਸੀ ਸਾਂਝ ਦਾ ਪ੍ਰਤੀਕ ਹੈ। ਇੱਕ ਇਹ ਸ਼ਰਤ, ਉਹ ਇਹ ਕਿ ਜਿਵੇਂ ਤੂੰ ਰੱਖੇ ਮੈਂ ਉਵੇਂ ਰਹਾਂਗਾ, ਕਿ ਤੇਰਾ ਬਣਾਇਆ ਹੋਇਆ ਆਪਣੀ ਮਨਮਾਨੀ ਬਿਲਕੁਲ ਨਹੀਂ ਕਰਾਂਗਾ। ਆਪਾਂ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਮੈਸੇਜ ਸੁਣਨੇ ਆ ਕਿ ਗੁਰੂ ਦੀ ਮੇਰੀ ਸਾਂਝ ਵੀ ਇੱਕੋ ਸ਼ਰਤ 'ਤੇ ਹੈ ਜਿਹੜਾ ਅਸੀਂ ਰੋਜ਼ ਪੜ੍ਹਨੇ ਹਾਂ। ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ। ਭਾਣੇ ਦਾ ਕੀ ਅਰਥ ਹੈ? ਜੋ ਉਹਨੂੰ ਚੰਗਾ ਲੱਗਦਾ, ਜੋ ਉਹਨੂੰ ਭਾਉਂਦਾ, ਮੈਂ ਉਸੇ ਦੇ ਅਨੁਸਾਰ ਰਹਾਂਗਾ। ਮੀਤ ਕਰੇ ਸੋਈ ਹਮ ਮੰਨਣਾ, ਬਸ। ਅਤੇ ਮੈਂ ਉਜ਼ਰ ਤਾਂ ਕਰਾਂ ਨਾ, ਮੈਨੂੰ ਕੋਈ ਸ਼ੱਕ ਤਾਂ ਹੋਵੇ, ਆਪਣੀ ਮਰਜ਼ੀ 'ਤੇ ਤਾਂ ਵਰਤਾਂ ਜੇ ਤੇਰੀ ਮਰਜ਼ੀ ਵਿੱਚ ਮੈਨੂੰ ਸੁੱਖ ਨਾ ਦਿਸੇ। ਅਤੇ ਸੁੱਖ ਤੇਰੀ ਮਰਜ਼ੀ ਵਿੱਚ ਮੈਨੂੰ ਤਾਂ ਹੀ ਨਾ ਦਿਸੇ ਜੇ ਤੈਨੂੰ ਮੈਂ ਆਪਣਾ ਮਿੱਤਰ ਨਾ ਸਮਝਾਂ, ਦੁਸ਼ਮਣ ਸਮਝਾਂ। ਮਨੁੱਖ ਦੁਸ਼ਮਣ 'ਤੇ ਤਾਂ ਸ਼ੱਕ ਕਰ ਸਕਦਾ ਵੀ ਜੋ ਕੁਝ ਕਰ ਰਿਹਾ ਹੈ ਹੋ ਸਕਦਾ ਮੈਨੂੰ ਨੁਕਸਾਨ ਪਹੁੰਚਾਉਣ ਲਈ ਹੋਵੇ। ਦੁਸ਼ਮਣ ਤੇ ਮਨੁੱਖ ਸ਼ੱਕ ਕਰਦਾ, ਤੇ ਜਦੋਂ ਕਿਸੇ ਦੀ ਮਿੱਤਰਤਾ ਤੇ ਵਿਸ਼ਵਾਸ ਹੋ ਜਾਏ ਤੇ ਉਸ ਵਿਸ਼ਵਾਸ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਮਨੁੱਖ ਕਦੀ ਸੋਚਦਾ ਵੀ ਨਹੀਂ ਵੀ ਇਹ ਮੇਰਾ ਬੁਰਾ ਵੀ ਕਰ ਸਕਦਾ। ਲਓ ਇੱਥੇ ਜ਼ਰਾ ਖਲੋਣਾ। ਸਾਡੀ ਜ਼ਿੰਦਗੀ ਵਿੱਚ ਅਨੇਕਾਂ ਵਾਰ ਐਸੇ ਉਲੰਭੇ ਆਉਂਦੇ ਨੇ ਜਦੋਂ ਅਸੀਂ ਆਪਣੀ ਕਿਸੇ ਦੁੱਖ ਤਕਲੀਫ ਮਨ ਮਰਜ਼ੀ ਦੇ ਖਿਲਾਫ ਕਿਸੇ ਵਰਤ ਚੁੱਕੇ ਭਾਣੇ ਨੂੰ ਸਾਹਮਣੇ ਰੱਖ ਕੇ ਉਲਾਂਭਾ ਦਿੰਦੇ ਹਾਂ, ਮੈਂ ਤੇਰਾ ਕੀ ਵਿਗਾੜਿਆ ਸੀ। ਰੋਜ਼ਾਨਾ ਜੀਵਨ ਦੀਆਂ ਕੁਝ ਗੱਲਾਂ ਨੇ ਜਿਹੜੀਆਂ ਸਾਡੇ ਅਸੀਂ ਵਰਤਣੀਆਂ।
ਅਤੇ ਜਦੋਂ ਅਸੀਂ ਇਹ ਆਖਣੇ ਹਾਂ ਅਸੀਂ ਤੇਰਾ ਕੀ ਵਿਗਾੜਿਆ ਸੀ, ਉਦੋਂ ਅਸੀਂ ਰੱਬ ਨੂੰ ਆਪਣਾ ਮਿੱਤਰ ਤਾਂ ਨਹੀਂ ਨਾ ਸਮਝਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਸ਼ਬਦ ਹੈ, ਮੈਂ ਉਹ ਇੱਕ ਲਫ਼ਜ਼ ਦੁਹਰਾਉਣਾ ਚਾਹੁੰਦਾ। ਗੁਰੂ ਕਹਿੰਦੇ ਪਾਣੇ ਜੇਵਡ ਪਾਣੇ ਜੇਵਡ ਹੋਰ ਦਾਤ ਨਾਹੀ। ਅਸੀਂ ਤਾਂ ਭਾਣੇ ਲਫ਼ਜ਼ ਨੂੰ ਬਦਨਾਮ ਕਰਤਾ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜਦੋਂ ਕੋਈ ਸਾਡੇ ਘਰੋਂ ਬੱਚਾ ਪਰਿਵਾਰ ਦਾ ਜੀ ਕੋਈ ਮਿੱਤਰ ਦੋਸਤ ਚਲਾ ਜਾਏ ਅਤੇ ਅਸੀਂ ਉਦੋਂ ਆਖਣਾ ਭਾਣੇ ਵਿੱਚ ਰਹੀਦਾ, ਅਸੀਂ ਮਾਨਤਾ ਸਮਝਦੇ ਹਾਂ ਜਿਹੜਾ ਉਸ ਗੱਲ ਨੂੰ ਮੰਨ ਲਿਆ, ਭਾਵੇਂ ਸਿਰ ਝੁਕਾ ਕੇ ਮਜਬੂਰ ਨੂੰ ਮੰਨ ਲਏ ਉਹ ਵੱਸ ਨਹੀਂ ਹੁੰਦਾ, ਪਰ ਉਹਨੂੰ ਅਸੀਂ ਰੱਬ ਦਾ ਪਾਣਾ ਆਖਦੇ ਹਾਂ ਵੀ ਉਹਦੇ ਪਾਣੇ ਵਿੱਚ ਹੀ ਪਾਣਾ। ਰੱਬ ਦਾ ਜਦੋਂ ਕੋਈ ਜੀਵ ਚਲਾ ਜਾਏ, ਪਰ ਮੈਂ ਪੁੱਛਦਾ ਜਿਸ ਦਿਨ ਕੋਈ ਜੀਵ ਬੱਚਾ ਆਪਣੇ ਘਰ ਜਨਮ ਲਵੇ ਉਦੋਂ ਵੀ ਕਦੀ ਆਖਿਆ ਜੇ ਵੀ ਪਾਣਾ ਵਰਤ ਗਿਆ ਹੈ? ਇਹਦਾ ਮਤਲਬ ਸਾਡੇ ਵਿਛੋੜੇ ਵਿੱਚ ਤਾਂ ਹੁੰਦਾ ਪਾਣਾ ਹੈ, ਸਾਡੇ ਮਿਲਾਪ ਵਿੱਚ ਹੁੰਦਾ ਪਾਣਾ ਨਹੀਂ। ਚੰਗੀ ਗੱਲ ਅਸੀਂ ਉਹਦੇ ਨਾਲ ਨਹੀਂ ਲਾਉਣਾ ਚਾਹੁੰਦੇ, ਜਿਹੜੀ ਗੱਲ ਸਾਨੂੰ ਬੁਰੀ ਲੱਗੇ ਉਹ ਉਹਦੇ ਨਾਲ ਮੜਨਾ ਚਾਹੁੰਦੇ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਰੱਬ ਸਾਡਾ ਦੁਸ਼ਮਣ ਹੈ। ਜਦੋਂ ਸਾਨੂੰ ਕੋਈ ਦੁੱਖ ਆਉਂਦਾ ਅਸੀਂ ਆਖਦੇ ਉਹਦਾ ਪਾਣਾ, ਜਦੋਂ ਲਾਟਰੀ ਨਿਕਲ ਆਵੇ ਕਦੀ ਨਹੀਂ ਆਖਿਆ ਉਹਦਾ ਪਾਣਾ, ਉਦੋਂ ਉਹਦਾ ਪਾਣਾ ਨਹੀਂ। ਇਹਦਾ ਮਤਲਬ ਅਸੀਂ ਰੱਬ ਨੂੰ ਤਸੱਵਰ ਕੀਤਾ ਇੱਕ ਦੁਸ਼ਮਣ ਦੇ ਰੂਪ ਵਿੱਚ, ਪਰ ਇੱਥੇ ਗੁਰੂ ਨੇ ਹੋਰ ਗੱਲ ਆਖੀ, ਮੈਂ ਇਹੋ ਹੀ ਸਮਝਣਾ। ਸਤਿਗੁਰੂ ਕਹਿੰਦੇ ਨੇ ਪਾਣੇ ਜੇਵਡ ਹੋਰ ਦਾਤ ਨਾਹੀ। ਹੁਕਮੇ ਜੰਮਣ ਹੁਕਮੇ ਮਰਨਾ। ਜੇ ਕੋਈ ਚਲਾ ਗਿਆ ਉਹਦੇ ਪਾਣੇ ਵਿੱਚ ਤਾਂ ਕੋਈ ਆਇਆ ਉਹ ਵੀ ਉਹਦੇ ਪਾਣੇ ਵਿੱਚ, ਇਹ ਵੀ ਆਖ ਹੁਕਮੇ ਜੰਮਣ ਹੁਕਮੇ ਮਰਨਾ। ਪਾਣੇ ਜੇਵਡ ਹੋਰ ਦਾਤ ਨਾਹੀ। ਸੱਚ ਆਖ ਸੁਣਾਇਆ ਸੱਚ ਆਖ ਸੁਣਾਇਆ ਤੇ ਗੁਰੂ ਇਹੋ ਗੱਲ ਕਹਿੰਦੇ ਨੇ ਮੀਤ ਕਰੇ ਸੋਈ ਹਮ ਮਾਨਾ। ਬਸ ਮੇਰਾ ਮੈਂ ਉਹਨੂੰ ਮਿੱਤਰ ਬਣਾ ਲਿਆ ਅਤੇ ਮੈਨੂੰ ਸ਼ੱਕ ਹੀ ਉਹਦੇ 'ਤੇ ਨਹੀਂ ਰਿਹਾ, ਕਦੀ ਇਹ ਸ਼ੱਕ ਪੈਦਾ ਹੀ ਨਹੀਂ ਹੋਇਆ ਵੀ ਰੱਬ ਮੇਰੇ ਲਈ ਪ੍ਰਭੂ ਮੇਰੇ ਲਈ ਕੁਛ ਮਾੜਾ ਵੀ ਕਰ ਸਕਦਾ ਹੈ। ਇਸੇ ਲਈ ਜੋ ਕੁਛ ਉਹ ਕਰਦਾ ਹੈ ਉਹ ਮੈਂ ਸਿਰ ਝੁਕਾ ਕੇ ਮੰਨ ਲੈਂਦਾ ਕਿਉਂਕਿ ਮੈਨੂੰ ਉਹ ਚੰਗਾ ਲੱਗਦਾ ਹੈ। ਮਿੱਤਰ ਦੀ ਨਿਸ਼ਾਨੀ ਕੀ ਹੁੰਦੀ ਹੈ? ਜੇ ਕੋ ਕਰੇ ਤਾਂ ਮੈਂ ਸਮਝਾਂ ਕਿ ਮੇਰੇ ਭਲੇ ਲਈ ਕਰਦਾ, ਮੇਰੇ ਭਲੇ ਲਈ ਕਰਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਗੁਰਬਾਣੀ ਦੀ ਇੱਕ ਤੁਕ ਦੇ ਨਾਲ ਸਾਂਝੀ ਕੀਤੀ ਸੀ ਕਿ ਚੰਚਲ ਮਤ ਵਾਰਕ ਵਾਪੜੇ ਕੀ ਸਰਪ ਅਗਨ ਕਰ ਮੇਲੇ। ਬੱਚੇ ਦੀ ਮਤ ਚੰਚਲ ਹੈ, ਕੁਛੜ ਚੁੱਕਿਆ ਹੋਇਆ ਮਾਂ ਨੇ ਅਤੇ ਛੋਟਾ ਜਿਹਾ ਬੱਚਾ ਅੱਗ ਦੀ ਲਾਟ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਸੱਪ ਨੂੰ ਵੀ ਫੜ ਸਕਦਾ। ਪਰ ਕੀ ਮੈਂ ਅਰਜ਼ ਕੀਤੀ ਸੀ ਕਿੱਡੀ ਅਜੀਬ ਗੱਲ ਹੈ, ਮਾਂ ਨੇ ਉਹਨੂੰ ਰੋਕਿਆ, ਉਹਦਾ ਹੱਥ ਵਾਰ ਵਾਰ ਫੜ ਰਹੀ ਹੈ ਅੱਗ ਦੀ ਲਾਟ ਨੂੰ, ਦੀਵੇ ਨੂੰ ਹੱਥ ਨਾ ਪਾਵੇ ਜੇ ਬੁੱਝ ਜਾਏਗਾ, ਇਸ ਲਈ ਥੋੜ੍ਹਾ ਰੋਕ ਰਹੀ ਹੈ।
ਬੁੱਝ ਜਾਏਗਾ, ਮੁੜ ਜਗਾਇਆ ਜਾ ਸਕਦਾ। ਇਸ ਲਈ ਲੋੜ ਰੋਕ ਰਹੀ ਹੈ, ਉਹਦੀ ਰੁਕਾਵਟ ਇਸ ਗੱਲ ਦੀ ਵਿਸ਼ਵਾਸ ਕਰਨ ਵਾਲੀ ਹੈ, ਇਸ ਗੱਲ ਦੀ ਪ੍ਰਤੀਕ ਹੈ ਕਿ ਉਹ ਬੱਚੇ ਦਾ ਹੱਥ ਜਲਣ ਤੋਂ ਡਰਦੀ ਹੈ, ਇਹਦਾ ਹੱਥ ਨਾ ਜਲ ਜਾਏ। ਕਈ ਚੀਜ਼ਾਂ ਸਾਡੇ ਜੀਵਨ ਵਿੱਚ ਉਹ ਸਾਨੂੰ ਨਹੀਂ ਮਿਲਦੀਆਂ ਜਿਹੜੀਆਂ ਸਾਡੇ ਜੀਵਨ ਦਾ ਨੁਕਸਾਨ ਕਰ ਸਕਦੀਆਂ ਹੋਣ। ਇਸੇ ਲਈ ਆਪਾਂ ਅਰਦਾਸ ਵਿੱਚ ਇੱਕ ਗੱਲ ਕਹਿੰਦੇ ਹਾਂ, ਹੇ ਮੇਰੇ ਮਾਲਕ, ਗੁਰਮਤਿ ਅਨੁਸਾਰੀ ਦਾਤਾਂ ਮੇਰੀ ਝੋਲੀ ਪਾ। ਕਿਉਂਕਿ ਸਾਨੂੰ ਗੁਰਮਤਿ ਜਾਂ ਮਨਮਤਿ ਦਾ ਪਤਾ, ਫੈਸਲਾ ਮੈਂ ਨਹੀਂ ਕਰ ਸਕਦਾ, ਉਹ ਤੂੰ ਕਰ ਸਕਦਾ। ਅਤੇ ਸਤਿਗੁਰੂ ਕਹਿੰਦੇ ਨੇ, ਮੈਂ ਜਦੋਂ ਤੈਨੂੰ ਆਪਣਾ ਮਿੱਤਰ ਬਣਾ ਲਿਆ ਤਾਂ ਮੈਨੂੰ ਤੇਰੇ 'ਤੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੀਤ ਕਰੇ ਸੋਈ ਹਮ ਮਾਨਾ। ਹਾਂ, ਮਿੱਤਰ ਬਣਾਉਣ ਲੱਗਿਆਂ ਸੋਚ, ਇਹ ਸੋਚਣ ਦੀ ਗੱਲ। ਅਨੇਕਾਂ ਵਾਰ ਮਨੁੱਖ ਮਿੱਤਰ ਐਸੇ ਬਣਾ ਬੈਂਦਾ ਜਿਨ੍ਹਾਂ ਕੋਲੋਂ ਨੁਕਸਾਨ ਉਠਾਉਂਦਾ। ਮੈਂ ਹੈਰਾਨ ਹੋਇਆ ਗੁਰਬਾਣੀ ਦੀ ਇੱਕ ਤੁਕਾਈ, ਸਤਿਗੁਰੂ ਨੇ ਉਸ ਸ਼ਬਦ ਵਿੱਚ ਬਾਰ ਬਾਰ ਇੱਕ ਗੱਲ ਦੂਜੇ ਪੱਖ ਦੀ ਸਮਝਾਈ। ਕਹਿਣ ਲੱਗੀ, ਬਿਨ ਜਲ ਬਿਨ ਜਲ ਪ੍ਰਾਣ ਤਜੇ ਹੈ ਮੀਨਾ। ਹੁਣ ਪਾਣੀ ਤੋਂ ਬਿਨਾ ਮੱਛੀ ਮਰ ਰਹੀ ਹੈ, ਪਾਣੀ ਤੋਂ ਬਿਨਾਂ ਮੱਛੀ ਦਾ ਜੀਵਨ ਨਹੀਂ, ਉਹ ਤੜਪ ਰਹੀ ਹੈ। ਪਰ ਕਿਉਂ ਤੜਪ ਰਹੀ ਹੈ? ਉਹਨੇ ਪ੍ਰਾਣ ਪਾਣੀ ਨਾਲ ਹਿੱਤ ਬਣਾ ਲਿਆ, ਪਿਆਰ ਬਣਾ ਲਿਆ। ਜੇ ਉਹ ਪਾਣੀ ਦਾ ਨਿਉ ਨਾ ਹੁੰਦਾ, ਉਹਦੇ ਨਾਲ ਪਾਣੀ ਨਾਲ ਉਹ ਸੰਬੰਧ ਨਾ ਜੁੜਦੀ, ਤਾਂ ਕਾਹਨੂੰ ਤੜਪਦੀ? ਹਾਲਾਂਕਿ ਪਾਣੀ ਬੇਵਫਾ ਹੈ। ਮੈਂ ਇੱਕ ਵਾਰ ਕੀਤੀ ਸੀ, ਦਰਿਆ ਦੇ ਕੰਢੇ ਲਹਿਰ ਆਈ ਦਰਿਆ ਵਿੱਚੋਂ ਅਤੇ ਉਹਨੇ ਮੱਛਲੀ ਨੂੰ ਉਠਾ ਕੇ ਕਿਨਾਰੇ 'ਤੇ ਸੁੱਟ ਦਿੱਤਾ। ਹੁਣ ਕਿਨਾਰੇ 'ਤੇ ਪਈ ਮੱਛਲੀ ਤੜਪਦੀ ਕਿ ਕਿਸੇ ਤਰ੍ਹਾਂ ਮੈਨੂੰ ਖੰਭ ਵੀ ਲੱਗ ਜਾਣ ਅਤੇ ਮੈਂ ਮੁੜ ਪਾਣੀ ਵਿੱਚ ਚਲੀ ਜਾਵਾਂ। ਪਰ ਪਾਣੀ ਦੀ ਲਹਿਰ ਬਾਤ ਤਰਤੀਬ ਉਵੇਂ ਤੁਰੀ ਜਾਂਦੀ, ਉਹ ਨਹੀਂ ਸੋਚਦੀ ਵੀ ਮੇਰੇ ਲਈ ਤੜਪ ਰਹੀ ਹੈ, ਮੈਂ ਹੀ ਇੱਕ ਲਹਿਰ ਹੋਰ ਲਵਾਂ ਅਤੇ ਇਹਨੂੰ ਆਪਣੇ ਵਿੱਚ ਮਿਲਾ ਲਵਾਂ। ਬਿਲਕੁਲ ਨਹੀਂ। ਹੈ ਕੈਸੀ ਪ੍ਰੀਤ ਹੈ, ਕੈਸਾ ਹਿੱਤ ਹੈ। ਕਿਉਂਕਿ ਮੈਂ ਰਾਤ ਦੇ ਲਫਜ਼ ਵਿੱਚੋਂ ਮੈਨੂੰ ਅਗਲਾ ਪ੍ਰਕਾਸ਼ ਮਿਲਦਾ। ਰਾਤ ਦਾ ਲਫਜ਼ ਸੀ, ਸ਼ਬਦ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਹੁਣ ਮੱਛਲੀ ਪਾਣੀ ਨਾਲ ਪ੍ਰੀਤ ਕਰ ਰਹੀ ਹੈ, ਉਹਦੇ ਬਿਨਾਂ ਤੜਪ ਰਹੀ ਹੈ। ਪਰ ਪਾਣੀ ਮੱਛਲੀ ਨਾਲ ਬਿਲਕੁਲ ਪਿਆਰ ਨਹੀਂ ਕਰ ਰਿਹਾ, ਹਿੱਤ ਨਹੀਂ ਕਰ ਰਿਹਾ। ਉਹ ਕਿਨਾਰੇ 'ਤੇ ਪਈ ਹੋਈ ਮੱਛਲੀ ਨੂੰ ਤੜਪਦਾ ਦੇਖ ਕੇ ਵੀ ਬਹੁਤ ਤਰਤੀਬ ਆਪਣੀ ਵੇਗ ਤੁਰਿਆ ਜਾਂਦਾ। ਉਸ ਹਿੱਤ ਦਾ, ਉਸ ਪ੍ਰੀਤ ਦਾ ਕੀ ਫਾਇਦਾ ਹੋਇਆ? ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਬਿਨ ਜਲ ਪ੍ਰਾਣ ਤਜੇ ਹੈ ਮੀਨਾ। ਮੀਨਾ ਤੋਂ ਭਾਵ ਮੱਛੀ। ਪਰ ਕਿਉਂ? ਜਿਨ ਜਲ ਸਿਓ ਹੇਤ ਬੜਾਇਓ। ਉਹਨੇ ਜਲ ਨਾਲ, ਪਾਣੀ ਨਾਲ ਆਪਣਾ ਹੇਤ ਪਿਆਰ ਵਧਾ ਲਿਆ। ਇਹ ਨਾ ਪਛਾਣਿਆ ਵੀ ਇਹ ਮੇਰੇ ਨਾਲ ਪਿਆਰ ਕਰਦਾ ਕਿ ਨਹੀਂ ਕਰਦਾ। ਦੂਜੀ ਐਗਜ਼ਾਮਪਲ ਸਤਿਗੁਰੂ ਬਾਣੀ ਵਿੱਚ ਕਹਿਣ ਲੱਗੇ, ਕਮਲ ਹੇਤ ਕਮਲ ਹੇਤ ਬਿਨ ਸਿਓ ਹੈ ਬਹਮਰਾ। ਕਮਲ ਫੁੱਲ ਨਾਲ ਭਰ ਲੈਣੇ ਪ੍ਰੀਤ ਪਾ ਲਈ, ਉਹਨੂੰ ਛੱਡ ਕੇ ਜਾਣ ਲਈ ਤਿਆਰ ਨਾ ਹੋਇਆ। ਸਵੇਰੇ ਖੜਿਆ ਵੇਖ ਕੇ ਕਮਲ ਫੁੱਲ ਭਰ ਰਿਹਾ, ਉਹਦੇ 'ਤੇ ਮੰਡਲ ਆਉਂਦਾ ਰਿਹਾ। ਸ਼ਾਮਾਂ ਪੈ ਗਈਆਂ,
पर भवने का दिल नहीं सी कि मैं इनू छड़ के जावां, इन्ना हित प्यार पा लिया पर यह ना पछाण सकिया ये प्यार मेरे नाल नहीं करता, इंदा तो सूरज नाल प्यार है। सूरज चढ़िया सी ये भी खिड़िया सी, सूरज छुपेगा इन्हें भी अपनी पत्तियां समेट लेनिया ने, पर होया कि ओनू छड़ के ना जान दे इरादे नाल ओंदी गोदी विच बैठा रहा। शाम नू सूरज छुप गया, कमल ने अपनी पत्तियां समेट लिया, सह घुट गया ते दिन चढ़दे नू मर गया। सतगुरु ने बाणी विच एग्जाम्पल दित्ती, कहन लगी कमल है ते बिन श्यो है पमरा, उन मार्ग निकस ना पायो, उन मार्ग निकस ना पायो। और एग्जाम्पल कहन लगे काम है ते कुंचर ले फाके ओ, ओ पर वस परियो बिचारा, काम दा बजिया होया काम नहीं दे कालबूत दी हस्ती कागज दी हथनी नाल हेत करदा होया ए ना पछाण सकिया कि इंद विच ता जान कोई नहीं। नतीजा की होया पर वस परयो बिचारा, ओ हाथी जिन्हों आप सब तो बलवान समझने हैं जिंदे सामने मनुख दा बल कुछ भी नहीं, ओ हाथी बिचारा पर वस भाव गुलाम हो गया। ते किंदे गुलाम होया जिंदा बालों दे मुकाबले कुछ भी नहीं, मनुख दा गुलाम हो गया। क्यों होया? क्योंकि हथनी नू पछाण ना सकिया मैं हेत किंदे नल कर रहा, उपर बस बचे परे ओ बिचारा। ते एक होर एग्जाम्पल दित्ती उन्हें, कहन लगे नाद हेत अपना आप समर्पण करने वाला वो है मिर्ग। ओ भी अपनी जान गवा बैठा, ए ना पछाण सकिया कि ए नाद असल नहीं बल्कि शिकारी दा पैदा कीता होया। नाद कुरंके बेदिया सनमुख उठता होया। कहन लगे इसे तरह एक ख्याल करी हेत बुरी चीज नहीं, हेत तो शक्ति है, निरंकार नू भी हेत नाल वस विच कीता जा सकता है। सतगुरु ने बाणी विच आखिया, कहन लगे जदों मैं तेरे नाल हेत कीता ना तेरे नाल प्यार कीता, मैनू पता लगा कि तू प्रेम दे प्यार दे वस विच आ जाना है। मैं तेरे नाल प्यार कीता ते तू मन भी गया इस गल नू, तू मनिया अपनी जबानों इस गल नू के तू भगतां के वास, तू भगतां के वास भगतां तान तेरा, तू सारे संसार दे किसे होर कर्म दे वास विच नहीं आया, ना तू आवे वास बहुत घिनावने, ना तू आवे वास वेद पढ़ावने, ना तू आवे वास तीर्थ नहाई है, ना तू आवे वास धरती ताई है, ना तू आवे बहुत वस बहुत सियान पै, ना तू आवे वस बहुत दान दे। कहने लगे सब को तेरे वस अगमा गोचरा, पर तू भगतां के वस भगतां तान तेरा, उत्थे भी हेत है।
इस शब्द विच भी यो गल आखी कहन लगे तू वेख लै हेत करन दा मसला ए नहीं कि हेत बुरी चीज़ है सिर्फ किस नाल हेत करना है केड़ी चीज चीज़ तेरे जीवन दा सहारा है उन्हूं पछाण जरूर ले। इसलिए इस शब्द की अखीरली जानी विच गल आखी बिन गोबिंद अवर संग नेहा बिन गोबिंद अवर संग नेहा जानो सदा दुहेला दुहेला कहते ने दुखी कहते ने संसार दी होर किसे प्रीत विच तू अपने आप नू बेवस हो के दुखा में पै रहा है पर एक विश्वास कर जे तेनू पछाण आ जाए कि तू किंदे वास विच किंदे हित विच अपना जीवन गुजारना है तो उन्दे लिए तेनू एक पछाण जरूरी है कि तू मित्र नू पछाणे और मित्र भी हो जिंदे बारे स्पष्ट आख्या गया मीत करे सोई हम मानना उथे मेरा कोई उजर नहीं जो कुछ कर रहे है मैनु चंगा लगता है जो कुछ वो करना चाहे क्योंकि मैं उन्दा बनाया होया हां ते जेड़ी चीज कोई बनावे वो कदी उन्दा बुरा नहीं मंगदा मैनु तू बनाया है। इसलिए सतगुरु ने बाणी विच आख्या कहन लगे जिन उपाय मेदनी सोई करदा सार जिन पदाइश तू किया सोई दे आधार ये सचमुच तू महसूस करें कि मैं उन्दा बनाया होया हां ते फिर उन्दे ते शक ना कर के कदी तेरनू ओ माड़ा भी तेरे नाल कर सकता है ते जिस दिन ए शक खत्म हो गया फिर तू ए नहीं आखेंगा अपने हर औकड़ वेले आखे उन्दा पाना उन्दा पाना नहीं। फिर जदों कोई दुख आउंदा है जदों कोई परेशानी आउंदी है तेनू ए विश्वास होना चाहिदा है कि मेरी किसे कमी मेरी किसे गलती कारण मैं परेशान होया मेरा रब मेरे नाल कदे बुराई नहीं कर सकता क्योंकि मीत के करतब कुशल समाना मित्र दे जिहड़े काम ने वो मेरी खुशी लई ने कुशल कहिंदे ने खुशी ने मीत के करतब कुशल समाना पर मैं तेरे सामने उधर कर भी की सकना जे भला करना चाह सतगुरु ने आख्या कीता कहां करे मनमान जिहड़ा बनाया होया है वह मनमानी किवें कर सकदा कीता कहां करे मनमान देवन हारे के हाथ दान भावें दे ना दे सोए कीते के कहे के होए जिहड़ा बनाया होया है वो अपनी मर्जी नाल चलाना चाहे रब दे सामने मालिक दे सामने अपनी मर्जी तो चलनी नहीं इसलिए भलिया उन्हू दुश्मन ना समझ वो तेरे लिए हमेशा चंगा सोचता है। जिस मालिक ने तैनू पैदा करन तो बाद तेरी हर एक लोड़ पूरी करन वास्ते धरती विच इन्ने भंडार भर दिते ने तैनू स्वास दे दिते ने तैनू बोलन लई जबान दे दिती है देखन लई अखां जिहड़ा तेरे हर कदम ते तेरा ख्याल रखदा है वो तेरा दुश्मन किवें हो सकदा है। बस एक विश्वास के मालिक ते ए शक ना कर कि वह मेरा मित्र नहीं बल्कि वह सारियां दा ही मित्र है बल्कि इत्थों तक आखिया कहन लगे वह सारियां दा ही मित्र है। इसलिए चंगी गल ये है जे तू सुखी रहना तू सुखां लई फैसला करना है ना जे मेरे को सुख आ गया तो वह देने वाला मित्र है जे दुख आ गया तो वह मित्र नहीं। इत्थे तू मित्र दा दुश्मन दा फैसला केवल सुखां दे करना है
ਤੇ ਸਤਿਗੁਰੂ ਨੇ ਬੜੀ ਇੱਕ ਇੱਕ ਲਾਈਨ ਬਾਬਾ ਕਬੀਰ ਜੀ ਦੀ ਰਸਨਾ ਤੋਂ ਖਵਾਈ। ਬਾਬਾ ਕਬੀਰ ਜੀ ਦੇ ਬਾਣੀ ਦੀ ਲੜੀ ਹੁਣ ਸਮਾਪਤ ਕੀਤੀ। ਉਹਦੇ ਵਿੱਚ ਇੱਕ ਸਲੋਕ ਬੜਾ ਬੜੇ ਧਿਆਨ ਨਾਲ ਪੜ੍ਹਨ ਵਾਲਾ ਹੈ। ਕਹਿਣ ਲੱਗੇ ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ। ਲੋ ਗੱਲ ਮਿੱਤਰ ਦੀ ਹੈ। ਕਹਿਣ ਲੱਗੇ ਤੂੰ ਇਸੇ ਲਈ ਬਹੁਤੇ ਮਿੱਤਰ ਚਾਹੁੰਦਾ ਨਾ, ਵੀ ਬਹੁਤੇ ਮਿੱਤਰਾਂ ਵਿੱਚ ਖੋਲੋ, ਇੱਥੋਂ ਨਹੀਂ ਸੁੱਖ ਮਿਲੇਗਾ ਉੱਥੋਂ ਮਿਲ ਜਾਏਗਾ, ਉੱਥੋਂ ਨਹੀਂ ਮਿਲੇਗਾ ਉੱਥੋਂ ਮਿਲ ਜਾਏਗਾ। ਸਾਡੀ ਅੱਜ ਦੀ ਹਾਲਤ ਕੀ ਹੈ? ਅਸੀਂ ਥਾਂ ਥਾਂ ਆਪਣੀਆਂ ਵਫਾਦਾਰੀਆਂ ਵੇਚ ਰਹੇ ਹਾਂ। ਕਿਸ ਖਿਆਲ ਨਾਲ ਵੀ ਇੱਥੋਂ ਸੁੱਖ ਨਾ ਮਿਲਿਆ ਉੱਥੋਂ ਸਹੀ, ਉੱਥੋਂ ਮਨਿਸਟਰੀ ਨਾ ਮਿਲੀ ਤਾਂ ਉੱਥੋਂ ਸਹੀ। ਸਾਡੇ ਜੀਵਨ ਦੀ ਹਾਲਤ ਇਹ ਹੈ। ਸਤਿਗੁਰੂ ਕਹਿੰਦੇ ਨੇ ਇੱਕ ਵਿਸ਼ਵਾਸ ਕਰ, ਸੁੱਖ ਨਹੀਂ ਉਹ ਮਿਲਣਾ ਬਹੁਤਿਆਂ 'ਤੇ ਆਸ ਰੱਖਣ ਨਾਲ। ਕਬੀਰ ਸੁਖ ਨਾ ਕਹੇ ਜੁਗ ਕਰੇ ਜੋ ਬਹੁਤੇ ਮੀਤ, ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਭਗਵਾਨ। ਕਿੱਥੇ ਵੀ ਬਾਬਾ ਕਬੀਰ ਵੀ ਹੋਗਾ ਆਖਦੇ ਕਬੀਰ ਸੁਖ ਨਾ ਇਹ ਜੁਗ। ਇਸ ਸਮੇਂ ਅੰਦਰ ਜਦੋਂ ਤੂੰ ਆਪਣੀ ਵਫਾਦਾਰੀ ਥਾਂ ਥਾਂ ਗਹਿਣੇ ਪਾ ਰਿਹਾ, ਵਿਸ਼ਵਾਸ ਕਰ, ਸੁਖ ਇਉਂ ਦਰ ਦਰ ਭਟਕਿਆਂ ਨਹੀਂ ਮਿਲਦਾ। ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਣ ਜਣ ਕੀ, ਤੂੰ ਜਣੇ ਖਣੇ ਦਾ ਗੁਲਾਮ ਤਾਂ ਬਣ ਸਕਣਾ ਆਪਣੇ ਸੁੱਖਾਂ ਦੀ ਮੁਤਲਾਸ਼ੀ ਲਈ, ਪਰ ਸੁੱਖ ਪ੍ਰਾਪਤ ਨਹੀਂ ਕਰ ਸਕਦਾ। ਕਬੀਰ ਜੀ ਦਾ ਇੱਕ ਸਲੋਕ ਫੈਸਲਾ ਦੇ ਰਿਹਾ ਹੈ। ਕਹਿੰਦਾ ਕਬੀਰ ਸੁੱਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ, ਕਰੇ ਜੋ ਬਹੁਤੇ ਮੀਤ, ਜੋ ਚਿੱਤ ਰੱਖੇ ਏਕ ਸਿਉ। ਫੈਸਲਾ ਬਾਬਾ ਕਬੀਰ ਜੀ ਦੇ, ਜੋ ਚਿੱਤ ਰੱਖੇ ਏਕ ਸਿਉ ਤੇ ਸੁਖ ਪਾਵੇ ਨੀਤ। ਉਹਨੂੰ ਹਮੇਸ਼ਾ ਸੁੱਖ ਮਿਲਦਾ ਹੈ ਜਿਹੜਾ ਇੱਕ ਨਾਲ ਆਪਣੇ ਆਪ ਨੂੰ ਨਿਰਭਰ ਕਰਦਾ ਹੈ। ਕਾਰਨ ਇਹ ਕਿ ਉਹ ਇੱਕ ਹਰ ਥਾਂ 'ਤੇ ਹੈ। ਆਪਾਂ ਕਈ ਵਾਰ ਇਹ ਸੋਚਦੇ ਹਾਂ ਨਾ ਵੀ ਇਸ ਸ਼ਹਿਰ ਵਿੱਚ ਸਾਡਾ ਇੱਥੋਂ ਦਾ DC, ਇੱਥੋਂ ਦਾ ਮੈਜਿਸਟਰੇਟ, ਇੱਥੋਂ ਦਾ ਹੋਰ ਕੋਈ ਮੋਤਵਰ ਸਾਡਾ ਮਿੱਤਰ ਹੈ, ਇਸ ਲਈ ਇੱਥੇ ਸੁਰਕਸ਼ਿਤ ਹਾਂ। ਅਤੇ ਗੁਰੂ ਕਹਿੰਦੇ ਨੇ ਜਿੰਦਾ ਰੱਬ ਮਿੱਤਰ ਹੋਵੇ ਤਾਂ ਰੱਬ ਤਾਂ ਹਰ ਥਾਂ 'ਤੇ ਹੀ ਹੈ। ਕਦੇ ਕੋਈ ਕਹਿ ਸਕਦਾ ਵੀ ਇਹ ਹਿੰਦੁਸਤਾਨ ਦਾ ਰੱਬ ਹੈ, ਅਮੈਰੀਕਾ ਦਾ ਜਾਂ ਕੈਨੇਡਾ ਦਾ ਰੱਬ? ਬਿਲਕੁਲ ਨਹੀਂ, ਉਹ ਹਰ ਥਾਂ 'ਤੇ ਹੈ। ਅਤੇ ਜਿਹਨੇ ਉਸਨੂੰ ਮਿੱਤਰ ਬਣਾ ਲਿਆ ਉਹ ਜਿੱਥੇ ਵੀ ਜਾਏਗਾ ਉੱਥੇ ਹੀ ਸੁਰਕਸ਼ਿਤ ਹੈ। ਸਾਨੂੰ ਨੇ ਐਵੇਂ ਨਹੀਂ ਆਖਿਆ, ਜੈ ਜੈ ਪੇਖੋਂ ਤੈ ਹਜ਼ੂਰ ਦੂਰ ਕਤਲ ਨਾ ਜਾਈ, ਰਾਵ ਰਾਇਆ ਸਰਬੱਤਰ ਮੈਂ ਮਨ ਸਦਾ ਦਿਹਾਈ, ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਏ। ਕਹਿਣ ਲੱਗੇ ਮਿੱਤਰ ਉਹ ਜਿਹੜਾ ਕਿਤੇ ਵੀ ਜਾਵੇਂ ਉੱਥੇ ਹੀ ਤੈਨੂੰ ਆਪਣੇ ਸਾਹਮਣੇ ਦੱਸੇ ਕਿ ਇੱਥੇ ਵੀ ਉਹ ਹੈ।
ਇਸੇ ਲਈ ਗੁਰੂ ਨੇ ਇੱਕ ਗੱਲ ਆਖੀ ਬਾਣੀ ਵਿੱਚ ਕਹਿਣ ਲੱਗੀ ਜਿਵ ਤੁਮ ਰਾਖੋ ਤਿਵੇਂ ਹੀ ਰਹਿਣਾ ਜੋ ਤੁਮ ਕਹੋ ਸੋਈ ਮੋਹਿ ਕਰਨਾ ਸੋਈ ਹਮ ਮਾਨਣਾ ਜਿਵੇਂ ਤੂੰ ਰੱਖੇਗਾ ਰਵਾਂਗਾ ਜੋ ਤੂੰ ਕਹੇਗਾ ਉਹ ਕਰਾਂਗਾ ਪਰ ਇੱਕ ਸ਼ਰਤ ਤੇਰੇ 'ਤੇ ਵੀ ਹੈ ਉਹ ਹੈ ਕਿ ਜੇ ਪੇਖੋ ਤਾਂ ਤੁਮ ਵਸਣਾ ਤੂੰ ਵੀ ਇਸ ਢੰਗ ਨਾਲ ਉੱਥੇ ਵਸੀ ਕਿ ਮੈਂ ਤੈਨੂੰ ਦੇਖਦਾ ਰਹਾਂ ਮੇਰੀਆਂ ਅੱਖਾਂ ਤੋਂ ਓਹਲੇ ਨਾ ਹੋਣ ਮੈਂ ਜਿੱਧਰ ਦੇਖਾਂ ਉੱਧਰ ਮੈਨੂੰ ਕੋਈ ਹੋਰ ਨਾ ਦਿਸੇ ਮੈਨੂੰ ਤੇਰਾ ਹੀ ਰੂਪ ਦਿਸੇ ਲਓ ਆਹ ਹੈ ਸਾਂਝ ਗੁਰੂ ਕਹਿਣ ਲੱਗੇ ਜਿਵ ਤੁਮ ਰਾਖੋ ਤਿਵ ਹੀ ਰਹਿਣਾ ਜੋ ਤੁਮ ਕਹੋ ਸੋਈ ਮੋਇ ਕਰਨਾ ਪਰ ਇੱਕ ਸ਼ਰਤ ਜਹੇ ਪੇਖੋ ਜਹੇ ਪੇਖੋ ਤਾਂ ਤੁਮ ਵਸਣਾ ਜਹੇ ਪੇਖੋ ਤਾਂ ਤੁਮ ਵਸਣਾ ਨਿਰਭਉ ਨਾਮ ਜਪੋ ਤੇਰਾ ਰਸਨਾ ਬਸ ਜਦੋਂ ਤੂੰ ਮੈਨੂੰ ਦਿਸਦਾ ਰਹੇਗਾ ਮੈਂ ਸੁਰੱਖਿਅਤ ਹੋਵਾਂਗਾ ਮੈਂ ਨਿਰਭਉ ਹੋਵੇਗਾ ਮੈਨੂੰ ਕੋਈ ਡਰ ਕਿਸੇ ਦੀ ਮੋਤਾਜੀ ਨਹੀਂ ਹੋਵੇਗੀ ਕਿਉਂਕਿ ਮੈਂ ਤੇਰੇ ਹੁਕਮ ਵਿੱਚ ਬੈਠਾ ਗੁਰੂ ਕਹਿਣ ਲੱਗੇ ਮੀਤ ਕਰੇ ਮੀਤ ਕਰੇ ਸੋਈ ਕਰਤਮ ਮੀਤ ਕੇ ਕਰਤਮ ਕੁਸ਼ਲ ਸਮਾਨਾ ਮੀਤ ਕੇ ਕਰਤਮ ਕੁਸ਼ਲ ਸਮਾਨਾ ਵਿਸ਼ਵਾਸ ਕਿ ਪ੍ਰਭੂ ਮੇਰਾ ਮਿੱਤਰ ਹੈ ਦੁਸ਼ਮਣ ਨਹੀਂ ਉਹ ਜੋ ਕੁਛ ਕਰਦਾ ਹੈ ਮੇਰੀ ਖੁਸ਼ੀ ਲਈ ਮੇਰੇ ਭਲੇ ਲਈ ਕਰਦਾ ਹੈ ਉਹਨੇ ਜੇ ਤੈਨੂੰ ਜੀਵਨ ਦਿੱਤਾ ਹੈ ਨਾ ਨਾਲ ਮੌਤ ਵੀ ਇਸ ਲਈ ਬਣਾਈ ਹੈ ਤਾਂ ਕਿ ਸੰਸਾਰ ਜਿਹੜਾ ਹੈ ਉਹ ਤੇਰੇ ਲਈ ਖੂਬਸੂਰਤ ਬਣਿਆ ਰਹੇ ਜੇ ਭਲਾ ਸੰਸਾਰ 'ਤੇ ਮੌਤ ਬਿਲਕੁਲ ਨਾ ਹੋਵੇ 70-80-100 ਸਾਲ ਬਾਅਦ ਤਾਂ ਹਰ ਇੱਕ ਨੇ ਬਜ਼ੁਰਗ ਹੋਣਾ ਹੈ ਅਤੇ ਸੰਸਾਰ ਅੰਦਰ ਮੌਤ ਬਿਲਕੁਲ ਖਤਮ ਹੋ ਜਾਂਦੀ ਅਤੇ ਸੰਸਾਰ ਦੀ ਸ਼ਕਲ ਬਦਸੂਰਤੀ ਕੀ ਹੁੰਦੀ ਨੌਜਵਾਨ ਦਿਸਦੇ ਨਾ ਸਭ ਬਜ਼ੁਰਗ ਹੀ ਦਿਸਦੇ ਜਿਹਨਾਂ ਕੋਲ ਤੁਰਿਆ ਨਾ ਜਾਂਦਾ ਮੈਨੂੰ ਬੜੀ ਖੂਬਸੂਰਤ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ ਸਿਕੰਦਰ ਦੇ ਬਾਦਸ਼ਾਹ ਦੇ ਸੰਬੰਧ ਵਿੱਚ ਇੱਕ ਬੜੀ ਕਹਾਣੀ ਪ੍ਰਚਲਿਤ ਹੈ ਕਿ ਉਹ ਕੌਸਰ ਦਾ ਚਸ਼ਮਾ ਭਾਲਦਾ ਕੌਸਰ ਦੇ ਚਸ਼ਮੇ 'ਤੇ ਪਹੁੰਚ ਗਿਆ ਉਹਨੇ ਭਾਲ ਲਿਆ ਵੀ ਇਹਦੇ ਨਾਲ ਇੱਥੇ ਇਸ ਚਸ਼ਮੇ ਦਾ ਪਾਣੀ ਪੀਤਿਆਂ ਮਰੀਦਾ ਨਹੀਂ ਮੌਤ ਨਹੀਂ ਆਉਂਦੀ
ਅਤੇ ਜਦੋਂ ਬੁੱਕ ਭਰ ਕੇ ਪੀਣ ਲੱਗਾ, ਪੁਰਾਣੀ ਇੱਕ ਕਹਾਣੀ ਹੈ, ਜਦੋਂ ਭਰ ਕੇ ਪੀਣ ਲੱਗਾ, ਕੋਲ ਬੈਠੀ ਨੇੜੇ ਬੈਠੀ ਹੋਈ ਇੱਕ ਇੱਲ, ਉਹਨੇ ਆਵਾਜ਼ ਦਿੱਤੀ, ਸਿਕੰਦਰ ਇਹ ਕੰਮ ਨਾ ਕਰੀ, ਪਛਤਾਏਗਾ, ਮੈਂ ਵੀ ਪੀ ਬੈਠੀ ਹਾਂ, ਹੁਣ ਮੇਰੀ ਹਾਲਤ ਹੈ, ਨਾ ਮੈਂ ਮਰਨੀ ਹਾਂ, ਮੇਰਾ ਦਿਲ ਕਰਦਾ ਵੈ, ਇੰਨਾ ਬੁਢੇਪਾ ਆ ਗਿਆ, ਚੋਗਾ ਚੁਗਣ ਯੁੱਗ ਹੀ ਨਹੀਂ, ਦਿਲ ਕਰਦਾ ਮਰਾਂ, ਪਰ ਮਰਾਂ ਵੀ ਕਿਵੇਂ, ਪਾਣੀ ਪੀ ਬੈਠੀ ਹਾਂ। ਇਸ ਲਈ ਨਿਰੰਕਾਰ ਨੇ ਤੇਰੇ ਲਈ ਸੰਸਾਰ ਖੂਬਸੂਰਤ ਬਣਾਉਣ ਲਈ ਜਿੱਥੇ ਬਹਾਰ ਬਸੰਤ ਬਣਾਈ ਹੈ ਤਾਂ ਕਿ ਨਵੀਆਂ ਪਰੂੰਬਲਾਂ ਫਿਰਨ, ਉੱਥੇ ਪੱਤਝੜੀ ਵੀ ਬਣਾਈ ਹੈ, ਜੇ ਪੱਤੇ ਪਹਿਲਾਂ ਝੜਦੇ ਨੇ ਤਾਂ ਹੀ ਨਵੀਆਂ ਪਰੂੰਬਲਾਂ ਫੁੱਟਦੀਆਂ ਨੇ, ਨਹੀਂ ਤਾਂ ਸੰਸਾਰ ਅੰਦਰ ਹਰਿਆਵਲ ਖਤਮ ਹੋ ਜਾਂਦੀ ਜੇ ਪੱਤਝੜ ਨਾ ਹੁੰਦੀ। ਉਹ ਤਾਂ ਮਾਲਕ ਹੈ ਜਿਹਨੇ ਮ੍ਰਿਤ ਮੰਡਲ ਜਗ ਸਾਜਿਆ, ਸੰਸਾਰ ਮੌਤ ਦਾ ਘਰ ਆਖ ਕੇ ਸਾਜਿਆ ਕੀਤੀ ਤਾਂ ਕਿ ਸੰਸਾਰ ਖੂਬਸੂਰਤ ਬਣਿਆ ਰਹੇ, ਇਹਦੇ ਵਿੱਚ ਨਵੀਆਂ ਬਹਾਰਾਂ ਅਤੇ ਨਵੀਆਂ ਪਰੂੰਬਲਾਂ ਫੁੱਟਦੀਆਂ ਰਹਿਣ, ਬੇਸ਼ੱਕ ਪਹਿਲੀ ਪੱਤਝੜ ਹੁੰਦੀ ਰਹੇ। ਇਸ ਲਈ ਪੱਤਝੜ ਨੂੰ ਵੇਖ ਕੇ ਉਹਨੂੰ ਉਲਾਂ ਬਹਿਣਾ ਦੇਈ, ਬਸ ਆ ਦੇਖਣਾ ਹੀ ਹੈ, ਵਿਸ਼ਵਾਸ ਇਹ ਹੋਣਾ ਚਾਹੀਦਾ ਹੈ ਕਿ ਪੱਤਝੜ ਨੂੰ ਵੇਖ ਕੇ ਉਹਨੂੰ ਉਲਾਂ ਬਣ ਦੇਵੇ, ਨਹੀਂ ਬਲਕਿ ਇਹ ਆਖੇ ਮੀਤ ਕਰ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ, ਮੇਰੇ ਭਲੇ ਲਈ ਮੇਰਾ ਮਿੱਤਰ ਹਮੇਸ਼ਾ ਕਰਦਾ, ਮੇਰਾ ਬੁਰਾ ਕਦੀ ਨਹੀਂ ਸੋਚਦਾ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।